ਤਾਹਰ ਭਾਈ ਅੱਜ ਜਿਹੜੀ ਤੁਹਾਨੂੰ ਅਸੀਂ ਚੀਜ਼ ਖਵਾ ਰਹੇ ਨਾ ਉਹਦਾ ਨਾਮ ਹੈਗਾ ਚੀਜ਼ ਬੋਲ। ਚੀਜ਼ ਬੋਲ ਖੇਡਣ ਵਾਲੀ ਬੋਲ ਕ੍ਰਿਕਟ ਖੇਡਦੇ ਨੇ ਛਿੱਕੇ ਛੁੱਕੇ ਚੱਪ ਮਾਰਦੇ ਨੇ ਉਹ ਵਾਲੀ। ਚਲੋ ਜਨਾਬ ਜੀ ਵਿਖਾਓ ਇਹ ਕਿਹੋ ਜਿਹੀ ਚੀਜ਼ ਬੋਲ ਹੈਗੀ ਹੈ, ਯਾਨੀ ਕਿ ਚੀਜ਼ ਗੇਂਦ ਹੋ ਗਈ, ਕੈਸੀਆਂ ਕੈਸੀਆਂ ਚੀਜ਼ਾਂ ਆ ਰਹੀਆਂ ਨੇ ਕਿ ਜਿਨ੍ਹਾਂ ਦਾ ਖਾਬੋ ਖਿਆਲ 'ਚ ਵੀ ਪਤਾ ਨਹੀਂ ਸੀਗਾ। ਚਲੋ ਜੀ ਲੈ ਉਹ ਜੀ ਦੇਖਦੇ ਹਾਂ ਕੀ ਚੀਜ਼ ਹੈ ਜੀ। ਵਾਹ ਜੀ ਇਹ ਕਮਾਲ ਕਰਤੀ ਹੈ, ਇੰਝ ਲੱਗ ਰਿਹਾ ਦੇਸੀ ਅੰਡੇ ਪਏ ਨੇ। ਚੀਜ਼ ਬੋਲ ਵਾਹ, ਨਾਲ ਬਾਅਦ 'ਚੋਂ ਤਬੀਅਤ ਖਰਾਬ ਹੋਏ ਤਾਂ ਇਹ ਖਾਣੀ ਹੈ। ਇਹ ਤਾਂ ਲੱਸਣ ਨਾਲ ਬਣੀ ਹੋਈ ਹੈ। ਵੈਸੇ ਜਨਾਬ ਬੜਾ ਖਾਂਦੇ ਹੀ ਨਹੀਂ ਪੀਜ਼ੀਆਂ ਹੈ, ਅਕਸਰ ਬਰਗਰਾਂ ਜੀ ਉਹ ਵੀ ਚੀਜ਼ ਖਾਂਦੇ ਤਾਂ ਕਹਿੰਦੇ ਇਹ ਜਿਹੜੇ ਬਣਾਏ ਨਾ ਬੋਲ ਜੇ। ਹਾਏ 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 ਬਿਸਮਿਲ੍ਲਾ। ਇਹ ਤਾਂ ਇੰਝ ਲੱਗਦਾ ਜੇ ਭੁਜੀਆ ਆਲੂ ਵਿੱਚ ਹੁੰਦਾ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਆ ਜੀ ਨਾ ਜੀ ਆਲੂ ਨੇ ਨੇੜੇ ਇਹਦੇ ਵਿੱਚ ਮੈਂ ਲਾਰਿਆਂ ਨਾਲ ਚੀਜ਼ ਪਾਈ ਹੋਈ ਹੈ। ਨਮਕੀਨ ਵੀ ਨੇ, ਹਲਕੇ ਹਲਕੇ ਮਿੱਠੇ ਵੀ ਨੇ, ਅਤੇ ਆ ਬੜੇ ਮਜ਼ੇਦਾਰ ਅਸੀਂ ਤਿਆਰ ਕਰਦੇ ਹਾਂ ਘਰ ਦੇ ਵਿੱਚ, ਸਾਡੇ ਤਿਆਰ ਹੁੰਦੇ ਨੇ, ਬੱਚੇ ਬੜੇ ਸ਼ੌਕ ਨਾਲ ਖਾਂਦੇ। ਆਲੂਆਂ ਦੇ ਨਾਲ ਤਿਆਰ ਹੁੰਦੀ ਹੈ ਕਟਲਸ, ਉਹਦੀ ਟਿੱਕੀ ਭਾਵੇਂ ਇਸ ਤਰ੍ਹਾਂ ਦੀ ਸ਼ੇਪ ਦੇ ਦਿਓ ਗੋਲ, ਚੀਜ਼ ਪਾ ਦਿੱਤੀ ਉਹਨਾਂ ਨੇ, ਇਹਦਾ ਨਾਂ ਰੱਖ ਦਿੱਤਾ ਚੀਜ਼ ਬੋਲ। ਉਹਨੂੰ ਭਾਵੇਂ ਲੰਬਾ ਬਣਾ ਲਓ, ਭਾਵੇਂ ਚੌਰਸ ਬਣਾ ਲਓ, ਭਾਵੇਂ ਗੋਲ ਬਣਾ ਕੇ, ਅਤੇ ਉਹ ਡਬ ਰੋਟੀ ਦੇ ਚੂਰਾ ਹੁੰਦਾ ਕਰਾਮ, ਉਹ ਲਗਾ ਕੇ ਅਤੇ ਉਹਨੂੰ ਫਰਾਈ ਕਰ ਲੈਂਦੇ ਨੇ। ਅਤੇ ਸਾਡੇ ਇੱਥੇ ਨਾ ਲੱਡੂ ਪੀਠੀ ਵਾਲੇ ਵਿਕਦੇ ਨੇ, ਯਕੀਨ ਕਰੋ ਕਿ ਆ ਖਾ ਕੇ ਤਾਂ ਲੱਡੂ ਪੀਠੀ ਵਾਲੇ ਯਾਦ ਆ ਗਏ ਜੇ। ਬਸ ਚਟਨੀ ਦੀ ਕਮੀ ਰਹਿ ਗਈ ਉਹਦੇ ਨਾਲ, ਜਿਹੜਾ ਤਿੰਨ ਚਾਰ ਕਿਸਮ ਦੀਆਂ ਚਟਨੀਆਂ ਹੁੰਦੀਆਂ। ਇਹ ਤਾਂ ਜਨਾਬ ਆਲੂ ਦਾ ਬਣਾਇਆ ਹੋਇਆ, ਜਿਵੇਂ ਆਲੂ 'ਤੇ ਅਸੀਂ ਬੇਸਣ ਚੜਾਉਂਦੇ ਹਾਂ, ਵਿੱਚ ਚੀਜ਼ ਪਾਈ ਹੋਈ ਹੈ, ਨਾਲ ਮਸਾਲਾ ਜਿਹਾ ਰਹਿਤਾ ਜਿਹਾ ਪਾਇਆ ਹੋਇਆ, ਇਹਦੇ 'ਚ ਬਲਕਿ ਸਪੈਸੀ ਵੀ ਹੈਗਾ। ਇਹ ਹੈਗਾ ਕਿ ਆਲੂਆਂ ਦਾ ਰੇਕਾ ਆਇਆ, ਬਾਕੀ ਚੀਜ਼ਾਂ ਦਾ ਦਿਲ ਕਰਦਾ ਨਾ ਹੀ ਖਾਈਏ ਦੱਸਿਆ, ਯਕੀਨ ਮੰਨ। ਲਓ ਜੀ ਚੈੱਕ ਕਰਨੇ ਆ ਜੀ, ਇਹ ਦੇਖੋ ਵਿੱਚ ਵੱਖਰੇ ਕੰਮ ਹੈਗੇ ਜੇ। ਲੇਕਿਨ ਬੜਾ ਅੱਛਾ ਬਣਾਇਆ, ਬੜੀ ਕਾਰੀਗਰੀ ਹੈ, ਕਿਸ ਤਰੀਕੇ ਨਾਲ ਖੂਬਸੂਰਤ ਤਰੀਕੇ ਨਾਲ ਉਹਨੇ ਤਿਆਰ ਕੀਤਾ, ਤੈਨੂੰ ਬਣਾਇਆ, ਚਟਪਟਾ ਮਜ਼ੇਦਾਰ ਹੈਗਾ। ਹੁਣ ਇਹਦਾ ਨਾਲ ਜਨਾਬ ਚੈੱਕ ਕਰਕੇ ਇਹਨਾਂ ਕੀ ਜ਼ਾਇਕਾ ਹੈਗਾ। ਚੀਜ਼ ਵੈਸੇ ਬੜੀ ਗੱਲ ਹੈਗੀ, ਬੜੀ ਕਾਰੀਗਰੀ ਹੈਗੀ ਹੈ ਵੀ ਚੀਜ਼ ਪਾਈ ਇਹਨਾਂ ਨੇ। ਦੇਖੋ ਇਹਨਾਂ ਨੇ ਬਾਅਦ 'ਚੋਂ ਹਾਂ ਨਹੀਂ ਪਹਿਲਾਂ ਪਾਈ। ਮੈਂ ਕਹਿੰਦਾ ਜੀ ਖੂਬ ਬਣੀ ਹੈ ਜੀ, ਕਿਆ ਬਾਤ ਹੈ, ਲੱਗਦਾ ਜੀ ਜਿਸ ਤਰ੍ਹਾਂ ਲਸਣ ਦਾ ਨਾ ਥੋਮ ਦਾ ਜੋਹਰ ਕੱਢ ਕੇ ਤੈਨੂੰ ਭਾਅ ਜੀ ਬਣਾਇਆ ਗਿਆ। ਵਾਹ ਜੀ ਵਾਹ, ਕਿਆ ਬਾਤ ਹੈ। ਇਸ ਤਰ੍ਹਾਂ ਦਾ ਮੈਂ ਖਾ ਲਿਆ, ਹੁਣ ਇਹਦੇ ਨਾਲ ਖਾ ਕੇ ਦੇਖਦੇ ਹਾਂ ਕਿ ਕੀ ਮਜ਼ਾ, ਇਹ ਕੀ ਚੀਜ਼ ਹੈ ਜਿਹਦੇ ਨਾਲ ਘੱਲਿਆ। ਤੁਸੀਂ ਇਹ ਰੋਜ਼ਾਨਾ ਇੱਕ ਚਮਚਾ ਵੈਸੇ ਹੀ ਖਾ ਲਿਆ ਕਰੋ, ਤੁਹਾਨੂੰ ਕਦੀ ਵੀ ਦਿਲ ਦਾ ਦੌਰਾ ਨਹੀਂ ਪਏਗਾ, ਤੁਹਾਡਾ ਕੋਲੇਸਟ੍ਰੋਲ ਨਹੀਂ ਵਧੇਗਾ। ਇਹ ਤਾਂ ਐਡੀ ਫਾਇਦੇਮੰਦ ਚੀਜ਼ ਹੈਗੀ ਹੈ ਸਰ। ਮਾਸ਼ਾਅੱਲਾ ਰੋਜ਼ੀਆਂ ਜਿਹੜਾ ਅਸੀਂ ਪਕੌੜੇ ਸਮੋਸੇ ਜਾਂ ਬਈ ਚਾਟ ਵਗੈਰਾ, ਇਹ ਲੇਕਿਨ ਇਹ ਆਈਟਮ ਪਈ ਉਹਦੇ ਨੂੰ ਹਰ ਬੰਦੇ ਫੜਨਾ ਕਿ ਇਹ ਕੀ ਚੀਜ਼ ਹੈਗੀ ਹੈ। ਅਗਰ ਇਹ ਸੌਸ ਨਾ ਹੋਏ ਤਾਂ ਖਾਣ ਤਾਂ ਦਿਲ ਹੀ ਨਾ ਕਰੇ।
ਅਤੇ ਬਾਕੀ ਹੈ ਇਹੋ ਜਿਹੀ ਜਿਹੜੀ ਚੀਜ਼ ਇਹ ਭਾਵੇਂ ਬੰਦਾ ਕਿਤੇ ਨਾਲ ਦੇ ਨੂੰ ਦੇ ਦਿੰਦਾ ਇਹ ਜਿਹੜੀ ਰਗੜ ਜਾਓ ਬਹੁਤ ਫਾਇਦੇਮੰਦ ਚੀਜ਼ ਹੈਗੀ ਜੇ ਕਿਆ ਬਾਤ ਹੈ ਇਸ ਤੋਂ ਅੱਛਾ ਤੁਸੀਂ ਅੰਡਾ ਉਬਾਲਦੇ ਅਤੇ ਇਹ ਤੋਸਾਂ ਨੂੰ ਪੀਸਦੇ ਪੀਸ ਕੇ ਅਤੇ ਇਸੇ ਤਰ੍ਹਾਂ ਬੇਸਣ ਬੁਸਣ ਜਿਸ ਤਰ੍ਹਾਂ ਲਾਇਆ ਤੁਸੀਂ ਲਾ ਕੇ ਅਤੇ ਉਹਨੂੰ ਵਿੱਚ ਪਾਉਂਦੇ ਅਤੇ ਇਹੋ ਜਿਹੀ ਸੌਸ ਹੁੰਦੀ ਅਤੇ ਕੀ ਕਮਾਲ ਮਜ਼ਾ ਆਉਣਾ ਸੀ ਚਟਨੀ ਨਾਲ ਖਾਧਾ ਨਾ ਇਹਨਾਂ ਮਜ਼ਾ ਨਹੀਂ ਆਇਆ ਚਟਨੀ ਵੀ ਸਹੀ ਲੱਗੀ ਮੈਨੂੰ ਉਸ ਤਰ੍ਹਾਂ ਇਹਨੂੰ ਖਾਓ ਨਾ ਅਤੇ ਮਜ਼ੇਦਾਰ ਲੱਗਦਾ ਕਿਉਂਕਿ ਇਹਦਾ ਆਪਣੇ ਚੀਜ਼ ਦਾ ਜ਼ਾਇਕਾ ਜਿਹੜੀਆਂ ਚੀਜ਼ਾਂ ਨੇ ਪਾਈਆਂ ਨੇ ਵਿੱਚ ਉਹਨਾਂ ਦਾ ਮਜ਼ਾ ਆ ਰਿਹਾ ਇਹ ਪਾ ਕੇ ਅਤੇ ਵੱਖਰੇ ਜ਼ਾਇਕਾ ਆਉਣਾ ਸ਼ੁਰੂ ਹੋ ਜਾਂਦਾ ਬੰਦਿਆਂ ਨੂੰ ਬੜਾ ਜਨਾਬ ਬੜਾ ਮਜ਼ੇਦਾਰ ਉਹ ਬੜਾ ਟੇਸਟ ਹੈਗਾ ਜੀ ਜਿਹਨੂੰ ਪਕੌੜੇ ਸਕੌੜੀਆਂ ਖਾਣ ਦਾ ਸ਼ੌਕ ਹੋਏ ਉਹਨੂੰ ਇਹ ਖਾਵੇ ਆਲੂ ਦਾ ਜ਼ਾਇਕਾ ਆ ਰਿਹਾ ਥੋਮ ਦਾ ਜ਼ਾਇਕਾ ਆ ਰਿਹਾ ਵਿੱਚੋਂ ਉਹ ਜਿਹੜੀ ਤੁਸੀਂ ਕਹਿ ਰਹੇ ਹੋ ਚੀਜ਼ ਉਹਦਾ ਜ਼ਾਇਕਾ ਆ ਰਿਹਾ ਉਬਲੇ ਹੋਏ ਅੰਡੇ ਜ਼ਰਦੀ ਜਿਹੀ ਨਿਕਲਣੀ ਸੀ ਪੀਲੀ ਪੀਲੀ ਉਹਦੀ ਅਤੇ ਕਮਾਲ ਮਜ਼ਾ ਆਉਣਾ ਸੀ ਟੁੱਟਣਾ ਸੀ ਵਿੱਚੋਂ ਅਤੇ ਦੋ ਹੋ ਜਾਣਾ ਸੀ ਬੜਾ ਮਜ਼ਾ ਆਉਣਾ ਇਹਨੂੰ ਤੁਸੀਂ ਪਰਾਂ ਕਰ ਦਿਓ ਇਹਨੂੰ ਖਾਣ ਦਾ ਮਜ਼ੇਦਾਰ ਤਰੀਕਾ ਇਹਨੂੰ ਨਾਲ ਖਾਓ ਅਤੇ ਨਾਲ ਥੋੜ੍ਹਾ ਥੋੜ੍ਹਾ ਗਰਮ ਗਰਮ ਚਾਹ ਹੋਣੀ ਚਾਹੀਦੀ ਫਿਰ ਮਜ਼ਾ ਆਏਗਾ ਤਾਂ ਖਾਣ ਦਾ ਸਬਸਕ੍ਰਾਈਬ ਕਰਕੇ ਚੈਨਲ ਨੂੰ ਅਤੇ ਕੈਂਟੀ ਦੇ ਬਟਨ ਨੂੰ ਦਬਾ ਕੇ ਟੈਨ ਅਤੇ ਫਿਰ ਕੋਈ ਵਧੀਆ ਜਿਹੀ ਚੀਜ਼ ਲਿਆ ਕੇ ਖਾ ਲਓ ਠੀਕ ਹੋ ਗਿਆ ਜੀ ਅੱਲਾਹ ਹਾਫਿਜ਼ ਚੀਜ਼ ਬੋਲਟ ਬੋਲ ਬੋਟ ਬੋਲ ਬੋਲ ਚੀਜ਼ ਬੋਲ